अक्टूबर के पहले दिन ही आम आदमी नू सरकार ने दिता वड्डा झटका। हुण कमर्शियल सिलेंडरां दी कीमतां दे विच होया वाधा। जानो सरकार दे वल्लों किन्ना कीता गया कमर्शियल सिलेंडर दे विच वाधा। ਤੁਸੀਂ ਵੇਖ ਰਹੇ ਹੋ ਤਾਂ ਟੀਵੀ ਐਨਆਰਆਈ, ਮੈਂ ਹਾਂ ਗਰਮ। ਗੱਲ ਕਰ ਲਈਏ ਕਿ ਹੁਣ ਤਿਉਹਾਰਾਂ ਤੋਂ ਪਹਿਲਾਂ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ। ਜੀਆਂ ਦੱਸਦੀਏ ਕਿ ਸਰਕਾਰ ਦੇ ਵੱਲੋਂ ਐਲਪੀਜੀ ਦੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ। ਯਾਨੀ ਕਿ ਤਿਉਹਾਰਾਂ ਦੀ ਸ਼ੁਰੂਆਤ ਤੋਂ ਹੀ ਪਹਿਲਾਂ ਆਮ ਆਦਮੀ ਦੀ ਜੇਬ ਦੇ ਉੱਪਰ ਬੋਝ ਬਣੇਗਾ। ਜੀਆਂ ਦੱਸਦੀਏ ਕਿ ਕਮਰਸ਼ੀਅਲ ਸਿਲੰਡਰ ਜੋ ਹੈ 209 ਰੁਪਏ ਦੇ ਦਰ ਦੇ ਨਾਲ ਇਹਨਾਂ ਦੇ ਵਿੱਚ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਕਹਿ ਲਈਏ ਕਿ ਲੋਕ ਕਾਫੀ ਚਿੰਤਾ ਦੇ ਵਿੱਚ ਪਏ ਨੇ, ਕਿਉਂਕਿ ਹੁਣ ਤਿਉਹਾਰਾਂ ਦੀ ਸ਼ੁਰੂਆਤ ਹੋਣੇ ਵਾਲੀ ਹੈ ਅਤੇ ਤਿਉਹਾਰਾਂ ਦੀ ਸ਼ੁਰੂਆਤ 'ਤੇ ਅਕਤੂਬਰ ਮਹੀਨੇ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ ਆਮ ਆਦਮੀ ਨੂੰ ਦਿੱਤਾ ਗਿਆ। ਦੱਸ ਦਈਏ ਕਿ ਹੁਣ ਕਮਰਸ਼ੀਅਲ ਸਿਲੰਡਰ ਜਿਹੜਾ ਹੈ ਉਹ 209 ਰੁਪਏ ਦੇ ਵਿੱਚ ਉਸਦੇ ਵਿੱਚ ਵਾਧਾ ਕੀਤਾ ਜਾਵੇਗਾ। ਜੀ ਹਾਂ, ਅੱਜ ਤੋਂ ਇਹ ਦਰਾਂਵਾਂ ਜਿਹੜੀ ਹੈ ਦੇਸ਼ ਭਰ ਦੇ ਵਿੱਚ ਲਾਗੂ ਹੋ ਜਾਣਗੀਆਂ, ਜਿਸ ਤੋਂ ਬਾਅਦ ਆਮ ਆਦਮੀ ਦੀ ਜੇਬ ਕਾਫੀ ਜ਼ਿਆਦਾ ਉਸਦੇ ਉੱਪਰ ਬੋਝ ਪੈ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਤੇਲ ਕੰਪਨੀਆਂ ਨੇ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਯਾਨੀ ਕਿ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 209 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਐਤਵਾਰ ਯਾਨੀ ਅੱਜ 1 ਅਕਤੂਬਰ 2023 ਨੂੰ ਲਾਗੂ ਹੋ ਗਈਆਂ ਨੇ। ਇਸ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਦੇ ਵਿੱਚ 19 ਕਿਲੋ ਦਾ ਐਲਪੀਜੀ ਸਿਲੰਡਰ 1731.52 ਰੁਪਏ ਦੇ ਵਿੱਚ ਵਿਕ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਗਾਤਾਰ ਹੀ ਇਹਨਾਂ ਕਹਿ ਲਈਏ ਹੋਰ ਮਹਾਨਗਰਾਂ ਦੇ ਵਿੱਚ ਵੀ ਇਹਨਾਂ ਦਰਾਂ ਦਾ ਫਰਕ ਪਿਆ ਹੈ। ਦੂਸਰੇ ਮਹਾਨਗਰ ਦੀ ਗੱਲ ਕਰ ਲਈਏ ਤਾਂ ਕੋਲਕਾਤਾ ਦੇ ਵਿੱਚ ਐਲਪੀਜੀ ਗੈਸ ਸਿਲੰਡਰ ਦੀ ਕੀਮਤ 203.50 ਰੁਪਏ ਦੇ ਵਿੱਚ ਵਾਧਾ ਹੋਇਆ ਹੈ। ਇੱਥੇ ਵਪਾਰਕ ਗੈਸ ਸਿਲੰਡਰ 1636.00 ਰੁਪਏ ਦੀ ਬਜਾਏ 1840.50 ਰੁਪਏ ਦੇ ਵਿੱਚ ਉਪਲਬਧ ਹੋਵੇਗਾ। ਮੁੰਬਈ ਦੇ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 204 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ 1482 ਰੁਪਏ ਤੋਂ ਵਧਾ ਕੇ 1684 ਰੁਪਏ ਤੱਕ ਪ੍ਰਤੀ ਸਿਲੰਡਰ ਹੋਵੇਗੀ। ਉੱਥੇ ਹੀ ਚੇਨਈ ਦੀ ਗੱਲ ਕਰ ਲਈਏ, ਚੇਨਈ ਦੇ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 203 ਰੁਪਏ ਦਾ ਵਾਧਾ ਹੋਇਆ ਹੈ ਅਤੇ ਇੱਥੋਂ ਦੀਆਂ ਕੀਮਤਾਂ 'ਚ 1695 ਰੁਪਏ ਤੋਂ ਵਧਾ ਕੇ 1899 ਰੁਪਏ ਹੋ ਚੁੱਕੇ ਹੈ। ਜਿਸ ਤੋਂ ਬਾਅਦ ਕਹਿ ਲਈਏ ਕਿ ਹੁਣ ਆਮ ਲੋਕਾਂ ਦੀ ਮਹਿੰਗਾਈ ਦੀ ਮਾਰ ਝੱਲਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਸਰਕਾਰ ਦੇ ਵੱਲੋਂ ਕਿਹੜੇ ਘਰੇਲੂ ਸਿਲੰਡਰਸ ਨੇ ਉਹਨਾਂ ਦੀ ਕੀਮਤਾਂ ਦੇ ਵਿੱਚ ਘਾਟਾ ਕੀਤਾ ਗਿਆ ਸੀ, ਪਰ ਹੁਣ ਉੱਥੇ ਹੀ ਜਿਹੜੇ ਬਿਜ਼ਨਸ ਕਲਾਸ ਲੋਕ ਨੇ ਯਾਨੀ ਕਿ ਜਿਹੜੇ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਮਹਿੰਗਾਈ ਦੀ ਮਾਰ ਚੱਲਣੀ ਪੈ ਸਕਦੀ ਹੈ, ਕਿਉਂਕਿ ਇੱਕ ਪਾਸੇ ਤਿਉਹਾਰ ਆ ਰਹੇ ਨੇ ਅਤੇ ਦੂਸਰੇ ਪਾਸੇ ਇਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਲਗਾਤਾਰ ਹੀ ਦੱਸ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਅਕਤੂਬਰ ਮਹੀਨਾ ਜੋ ਹੈ ਆਮ ਆਦਮੀ ਅਤੇ ਜਿਹੜਾ ਕਹਿ ਲਈਏ ਕਿ ਛੋਟੇ ਬਿਜ਼ਨਸਮੈਨਸ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਤੋਂ ਪ੍ਰਭਾਵ ਪਵੇਗਾ। ਲਗਾਤਾਰ ਹੀ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ, ਯਾਨੀ ਕਿ ਕਹਿ ਲਈਏ ਕਿ 1 ਅਕਤੂਬਰ ਤੋਂ ਆਮ ਲੋਕ ਜੋ ਹੈ ਕਾਫੀ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚ ਰਹਿਣਗੇ ਅਤੇ ਇਸ ਵਾਰ ਤਿਉਹਾਰਾਂ ਦੇ ਸਵਾਦ ਜੋ ਹੈ ਖੱਟਾ ਪੈ ਜਾਵੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਅਕਤੂਬਰ ਮਹੀਨੇ ਦੇ ਵਿੱਚ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ, ਪਰ ਤਿਉਹਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਰਕਾਰ ਨੇ ਆਮ ਆਦਮੀ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ। ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ 209 ਰੁਪਏ ਵਾਧਾ ਕੀਤਾ ਗਿਆ। ਇਸ ਦੇ ਚੱਲਦਿਆਂ ਕਾਫੀ ਜ਼ਿਆਦਾ ਆਮ ਲੋਕ ਪਰੇਸ਼ਾਨ ਨੇ। ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਆਪਣੇ ਕੰਮ ਕਾਜ ਨੂੰ ਲੈ ਕੇ ਇੱਕ ਪਲੈਨ ਬਣਾਇਆ ਜਾਂਦਾ ਸੀ, ਪਰ ਲੱਗਦਾ ਹੈ ਕਿ ਹੁਣ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋਣਗੇ। ਇਸ ਤਰੀਕੇ ਦੀਆਂ ਵੱਡੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਾ ਟੀਵੀ ਐਨਆਰਆਈ ਦੇ ਨਾਲ।